श्री गुरु ग्रंथ साहिब जी के पावन स्वरूप लापता मामले च सिख जथेबंदियां ते निहंग सिंह जथेबंदियां वालों सवेरे शांतमई तरीके नाल प्रदर्शन किया जा रहा है, जिस दौरान SGPC की टास्क फोर्स वालों निहत्थे सिंघां ते हमला कर दिता गया ते उन्हां दे दस्तारां उतारियां गईयां ते मीडिया ते भी हमला किया गया, जिस तों बाद हुण SGPC दे प्रबंधकां वालों सिख जथेबंदियां तों माफ़ी मंग ली गई है। उत्थे ही सिख जथेबंदियां दे आगू दे वकील ने दस्सिया कि उन्हां वालों SGPC नूं इक मंग पत्र दिता गया जिस विच मंग कीती गई है कि पुराने मते नूं रद्द करके दोषियों खिलाफ फौजदारी परचा दर्ज करन दा नवां मता पाया जावे अते जो टीना लगा के संगत नूं प्रदर्शन करन तों रोकिया जा रहा है वह टीना उतारियां जाण। ਇਹਦੇ ਵਿੱਚ ਅਸੀਂ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਜਿਹੜਾ ਤੁਸੀਂ ਮਤਾ ਪਾਸ ਕੀਤਾ ਹੈ ਕਿ ਦੋਸ਼ੀਆਂ ਦੇ ਖਿਲਾਫ਼ ਫੌਜਦਾਰੀ ਪਰਚਾ ਦਰਜ ਨਹੀਂ ਹੋਊਗਾ ਉਹਨੂੰ ਰੱਦ ਕੀਤਾ ਜਾਏ ਅਤੇ ਜਿਹੜਾ ਅਗਲਾ ਤੁਹਾਡਾ ਇੰਟਰਮ ਕਮੇਟੀ ਦੀ ਮੀਟਿੰਗ ਹੈਗੀ ਆ ਉਹਦੇ ਵਿੱਚ ਨਵਾਂ ਮਤਾ ਲੈ ਕੇ ਆਇਆ ਜਾਏ ਵੀ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ਼ ਫੌਜਦਾਰੀ ਪਰਚਾ ਦਰਜ ਹੋਣਾ ਚਾਹੀਦਾ। ਅੱਜ ਬੜੀ ਉਹਨਾਂ ਨੇ ਇੰਸ਼ੋਰੈਂਸ ਦਿੱਤੀ ਹੈ ਜੀ, ਬੜਾ ਸੰਸੀਅਰਟੀ ਨਾਲ ਲਿਆ, ਉਹ ਮਹਿਸੂਸ ਕਰਦੇ ਨੇ ਵੀ ਜੋ ਵੀ ਹੋਇਆ ਗਲਤ ਹੋਇਆ, ਸ਼੍ਰੋਮਣੀ ਕਮੇਟੀ ਦਾ ਫਰਜ਼ ਹੈਗਾ ਸੀ ਜਿਹੜਾ ਨਹੀਂ ਕਰ ਸਕੇ। ਜਿਹੜੇ ਰਸਤੇ ਬੈਰੀਕੇਡ ਲਗਾ ਕੇ ਬੰਦ ਕੀਤੇ ਗਏ ਨੇ ਇਹਨਾਂ ਬਾਰੇ ਕੀ ਕਹਿੰਦੇ ਨੇ ਜੀ? ਅਸੀਂ ਅੱਜ ਖੋਲ੍ਹ ਦੇਵਾਂਗੇ ਇਹਨਾਂ ਨੂੰ। ਜਿਹੜਾ ਧਰਨਾ ਹੋਰ ਕਿੰਨਾ ਚਿਰ ਇਹ ਜਦ ਤੱਕ FIR ਦਰਜ ਨਹੀਂ ਹੋਈ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲਣ ਜਾ ਰਹੇ ਜੀ ਇਹ ਸਾਰੇ ਇਸ਼ੂ ਨੂੰ ਲੈ ਕੇ, ਕਿਉਂਕਿ SGPC ਵੱਲੋਂ ਜਿਹੜੀ ਸਵੇਰੇ ਤੁਹਾਡੇ ਜਥੇਬੰਦੀਆਂ ਦੇ ਬੰਦਿਆਂ ਨਾਲ ਕੀਤੀ ਗਈ ਉਹਦੇ ਬਾਰੇ ਕੀ ਕਹਿਣਾ? ਬੜਾ ਮੰਦਭਾਗ ਹੈਗਾ ਇੱਥੇ, ਜਿਹੜਾ ਗੁਰੂ ਸਾਹਿਬ ਦਾ ਘਰ ਹੈਗਾ ਸਾਰਿਆਂ ਲਈ ਖੁੱਲ੍ਹਾ ਹੈਗਾ, ਇੱਥੇ ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ ਵੀ ਥੋੜ੍ਹੇ ਸਿਆਣੇ ਬੰਦੇ ਡਿਪਿਊਟ ਕਰਕੇ ਜਿਹੜਾ ਵਾ ਇਹਨੂੰ ਐਮੀਕੇਬਲੀ ਰਿਜ਼ੋਲਵ ਕਰਨ ਜੀ। ਇਹਦੇ ਸੰਬੰਧੀ ਵੀ ਕੰਪਲੇਂਟ ਕੀਤੀ ਜਾਏਗੀ? ਫਿਲਹਾਲ ਮੇਰੇ ਨੋਟਿਸ 'ਚ ਨਹੀਂ ਹੈਗਾ ਜੀ ਕੀਤੀ ਕਿ ਨਹੀਂ ਕੀਤੀ ਹੈਗੀ। ਨਹੀਂ ਕੀਤੀ ਜਾਏਗੀ ਜੀ, ਜਿਹੜੀ ਨਿਹੰਗ ਸਿੰਘ ਵੱਲੋਂ ਵੀ ਜਿਹੜੀ ਦਸਤਾਰ ਲਾਈ ਗਈ ਆ ਜੀ ਉਹਨਾਂ ਦੀ, ਇਹਨਾਂ ਸੰਬੰਧੀ ਤੁਸੀਂ ਕੰਪਲੇਂਟ ਕਰਵਾਓਗੇ ਜੀ? ਕੀਤੀ ਜਾਏਗੀ ਕਾਰਵਾਈ? ਜੇ ਤੋ ਕਹਿਣਗੇ ਫਿਰ ਡੈਫੀਨੇਟਲੀ ਹੋਏਗੀ। ਅਗਲੀ ਰਣਨੀਤੀ ਇਹੀ ਹੈ ਕਿ ਮੋਰਚਾ ਕੰਟੀਨਿਊ ਰਹੂਗਾ ਜਦ ਤੱਕ ਪਰਚਾ ਦਰਜ ਨਹੀਂ ਹੁੰਦਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਜੀ। ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜਾ ਮੋਰਚਾ ਲੱਗਾ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਰੇ ਹੇਠ, ਉਹਦੇ ਵਿੱਚ ਜਿਹੜਾ ਇਹਨਾਂ ਵੱਲੋਂ ਰਸਤੇ ਬੰਦ ਕੀਤੇ ਗਏ ਸੀ ਰਾਤ ਟੀਨਾ ਲਾ ਕੇ ਅਤੇ ਦੋਵੇਂ ਪਾਸਿਓਂ ਜਿਹੜੀ ਉਹ ਸਬ ਜੇਲ ਟਾਈਪ ਬਣਾਈ ਗਈ ਸੀਗੀ, ਮੰਜੀ ਸਾਹਿਬ ਦਾ ਰਸਤਾ ਵੀ ਬੰਦ ਕਰਤਾ ਸੀ, ਬਾਬਾ ਡਲ ਰਾਏ ਦਾ ਵੀ ਕਰਤਾ ਸੀਗਾ। ਉਹਦੇ ਰੋਸ ਵਜੋਂ ਸਵੇਰੇ ਸੰਗਤ ਇੱਥੇ ਬੈਠੀ ਸੀ ਅਤੇ ਟਾਸਕ ਫੋਰਸ ਦੇ ਵੱਲੋਂ ਉਹ ਸੰਗਤਾਂ ਦੇ ਉੱਤੇ ਡਾਂਗ ਵਰਾਈ ਗਈ, ਕੁਛ ਸਿੰਘਾਂ ਨੂੰ ਸੱਟਾਂ ਲੱਗੀਆਂ, ਦਸਤਾਰਾਂ ਲਾਈਆਂ ਗਈਆਂ। ਬਾਅਦ ਵਿੱਚ ਕਿ ਸੰਗਤ ਇਕੱਠੀ ਹੋ ਗਈ, ਰੋਸ ਵਜੋਂ ਇਹਨਾਂ ਨੇ ਮਾਫ਼ੀ ਮੰਗ ਲਈ ਹੈ। ਟਾਸਕ ਫੋਰਸ ਦੇ ਜਿਹੜੇ ਸੀਨੀਅਰ ਸੁਪਰਵਾਈਜ਼ਰ ਮੈਨੇਜਰ ਤੱਕ ਲੈਵਲ ਦੇ ਬੰਦੇ ਨੇ, ਉਹਨਾਂ ਵੱਲੋਂ ਮਾਫ਼ੀ ਮੰਗ ਲਈ ਗਈ ਹੈ। ਪਰ ਸਾਡੀ ਜਿਹੜੀ ਸੀ ਵੀ ਰਸਤੇ ਬੰਦ ਕਰਨ ਦਾ ਕੀ ਮਤਲਬ ਬਣਦਾ ਵਾ, ਸੰਗਤ ਦੇ ਗੁਰੂ ਘਰ ਦੇ ਜੇ ਮੋਰਚਾ ਲੱਗਾ ਵਾ ਅਤੇ ਉਹ ਲੱਗਾ ਵੱਖਰੀ ਵਿਸ਼ਾ ਵਾ। ਪਰ ਹੁਣ ਸਾਡੀ ਜਿਹੜੀ ਸ਼ਰਤ ਸੀ ਇਹਨਾਂ ਦੇ ਗਾੜੀ ਉਹ ਇਹ ਸੀ ਵੀ ਰਸਤਾ ਤੁਸੀਂ ਖੋਲ੍ਹੋਗੇ ਤਾਂ ਬਹੁਤ ਵਧੀਆ, ਨਹੀਂ ਤਾਂ ਅਸੀਂ ਆਪ ਖੋਲ੍ਹਾਂਗੇ। ਉਸ ਵਾਸਤੇ ਟਕਰਾਅ ਤੁਸੀਂ ਪੈਦਾ ਕਰਨਾ ਚਾਹੁੰਦੇ ਹੋ, ਪਰ ਅਸੀਂ ਚਾਹੁੰਦੇ ਨਹੀਂ, ਪਰ ਰਸਤੇ ਅਸੀਂ ਬੰਦ ਨਹੀਂ ਰਹਿੰਦੇ। ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ, ਹੁਣ ਉਹ ਜਿਹੜੇ ਰਸਤੇ ਨੇ ਇਹ ਅੱਜ ਰਾਤ ਤੱਕ ਖੁੱਲ੍ਹ ਜਾਣਗੇ ਜੀ, ਅਤੇ ਮੋਰਚਾ ਜਿਹੜਾ ਵਾ ਉਹ ਨਿਰੰਤਰ ਜਾਰੀ ਆ। ਟਾਸਕ ਫੋਰਸ ਦੇ ਵੱਲੋਂ ਜਿਹੜੀ ਗਲਤੀ ਕੀਤੀ ਗਈ ਸੀ ਉਹਦੀ ਉਹਨਾਂ ਮਾਫ਼ੀ ਮੰਗ ਲਈ ਆ। ਦੇਖੋ ਜੀ, ਕਾਨੂੰਨੀ ਜਿਹੜੀ ਪ੍ਰਕਿਰਿਆ ਵਾ ਉਹਨਾਂ ਦੋਸ਼ੀਆਂ 'ਤੇ ਕਾਨੂੰਨੀ ਕਾਰਵਾਈ ਵਾਸਤੇ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਾਵੇ, ਪਰ ਹੁਣ ਉਹਨਾਂ ਦੇ ਉੱਤੇ ਇੱਕ ਪਰਚੇ ਸ਼੍ਰੋਮਣੀ ਕਮੇਟੀ ਨਹੀਂ ਕਰਾਊਗੀ, ਜਥੇਬੰਦੀਆਂ ਭਾਵ ਕੇ ਅਸੀਂ ਆਪ ਕਰਾਵਾਂਗੇ। ਅਤੇ ਦੂਸਰਾ, ਇਹਨਾਂ ਵੱਲੋਂ ਜਿਹੜਾ ਮਤਾ ਪਾਇਆ ਜਾਣਾ ਵਾ ਆਪਣਾ ਕਰਕੇ ਜਿਹੜੀ ਕਮੇਟੀ ਇਹਨਾਂ ਦੀ ਬੈਠਣੀ ਆ, ਉਹਦੇ ਵਿੱਚ ਇਹਨਾਂ ਵੱਲੋਂ ਪਹਿਲਾਂ ਮਤਾ ਪਾਇਆ ਗਿਆ ਸੀ ਕਿ ਪਰਚੇ ਨਹੀਂ ਹੋਣਗੇ, ਉਹਨਾਂ 'ਤੇ ਵਿਭਾਗੀ ਕਾਰਵਾਈ ਹੋਊਗੀ। ਪਰ ਹੁਣ ਉਹਨਾਂ ਵੱਲੋਂ ਮਤਾ ਇਹ ਕਿਹਾ ਗਿਆ ਵੀ ਮਤਾ ਪਾ ਕੇ ਸਾਨੂੰ ਦਿੱਤਾ ਜਾਵੇ ਕਿ ਉਹਨਾਂ 'ਤੇ ਫੌਜਦਾਰੀ ਮੁਕਦਮੇ ਦਰਜ ਹੋਣਗੇ। ਉਹਦੀ ਇਹਨਾਂ ਨੇ ਮਾਫ਼ੀ ਮੰਗ ਲਈ ਆ ਟਾਸਕ ਫੋਰਸ ਨੇ। ਨਹੀਂ, ਮੈਂ ਦੱਸਦਾ ਨਾ ਜੀ ਹੁਣ ਕੀ ਹੋਇਆ ਨਾ, ਜਦੋਂ ਉਹ ਪਹਿਰਾ ਹੋਇਆ ਅਤੇ ਦਸਤਾਰ ਲੱਥ ਗਈ, ਤੁਸੀਂ ਜਾਣਦੇ ਹੋ ਝਗੜਾ ਹੁੰਦਾ ਵਾ ਅਤੇ ਹੁੰਦਾ, ਪਰ ਉਹਦੇ ਵਿੱਚ ਇਹਨਾਂ ਦੀ ਗਲਤੀ ਸੀ ਅਤੇ ਉਹ ਗਲਤੀ ਇਹਨਾਂ ਨੇ ਪੂਰੇ ਮੀਡੀਆ ਦੇ ਵਿੱਚ ਆ ਕਰਕੇ ਮੀਡੀਆ ਦੀ ਹਾਜ਼ਰੀ ਵਿੱਚ ਉਹ ਮੰਗੀ ਆ, ਮਾਫ਼ੀ ਮੰਗੀ ਆ। ਦੇਖੋ ਜੀ, ਆਸ ਕਰਦੇ ਹਾਂ ਜੀ, ਆਸ ਕਰਦੇ ਹਾਂ, ਪਰ ਜਿਹੜੀ ਨਿਸ਼ਪਕਸ਼ ਕਾਰਵਾਈ ਦੀ ਗੱਲ ਆ ਉਹ ਇਸੇ ਕਰਕੇ ਅਸੀਂ ਪਰਚਾ ਆਪ ਦਰਜ ਕਰਾਉਣ ਲੱਗੇ ਹਾਂ ਕਿ SGPC ਜੇ ਪਰਚਾ ਆਪ ਕਰਾਉਂਦੀ ਆ ਤਾਂ ਕੇਸ ਨੂੰ ਕਮਜ਼ੋਰ ਰੱਖੂਗੀ, ਹੋ ਸਕਦਾ ਕਿ ਉਹ ਆਪਣੇ ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰੇ, ਪਰ ਪਰਚਾ ਅਸੀਂ ਕਰਾਵਾਂਗੇ, ਦੋਸ਼ੀਆਂ 'ਤੇ ਠੋਸ ਕਾਰਵਾਈ ਅਸੀਂ ਕਰਾਵਾਂਗੇ। ਤੁਹਾਨੂੰ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਹੋਣੀ ਚਾਹੀਦੀ ਹੈ? ਨਹੀਂ, ਇਹ ਮਸਲਾ ਇੱਦਾਂ ਵਾ ਨਾ ਜੀ, ਇੱਕ ਧਾਰਮਿਕ ਪਹਿਰਾ ਵਾ, ਧਾਰਮਿਕ ਮਸਲਾ ਵਾ, ਇਹਦੇ ਵਿੱਚ ਧਾਰਮਿਕ ਮਸਲੇ ਦੇ ਨਾਲ ਨਾਲ ਪਰ ਜਿਹੜੇ ਦੋਸ਼ੀ ਨੇ ਜਿਨ੍ਹਾਂ 'ਤੇ ਫੌਜਦਾਰੀ ਮੁਕੱਦਮੇ ਬਣਦੇ ਨੇ ਉਹ ਤਾਂ ਪੁਲਿਸ ਤਾਂ ਕਰੂਗੀ, ਪਰ ਪੁਲਿਸ ਦੇ ਕਰਨ ਤੋਂ ਪਹਿਲਾਂ ਉਹਨਾਂ ਨੂੰ ਸ਼ਿਕਾਇਤ ਦੇਣੀ ਜ਼ਰੂਰੀ ਆ। ਜਿਹੜੀ ਸ਼ਿਕਾਇਤ ਸਾਡੇ ਵੱਲੋਂ ਦਿੱਤੀ ਗਈ ਸੀ ਉਹ ਧਾਰਮਿਕ ਸੀਗੀ, ਧਾਰਮਿਕ ਭਾਵਨਾਵਾਂ ਦੀ ਸੀ, ਪਰ ਇਹਦੇ ਕਾਨੂੰਨੀ ਪਹਿਲੂ ਜਿਹੜੇ ਸਾਡੇ ਅੱਜ ਹਾਈਕੋਰਟ ਦੇ ਵਕੀਲ ਸਿਮਰਜੋਤ ਸਿੰਘ ਆਏ ਸਨ, ਉਹਨਾਂ ਦੀ ਰਾਏ ਦੇ ਨਾਲ ਜਿਹੜੇ ਸਾਡੇ ਕਾਨੂੰਨੀ
पहरे सन सारे कानूनी दाव पे सन उसके मुताबिक हुण असीं कार्रवाई कराउण लगे। वाहिगुरु जी का खालसा वाहिगुरु जी की फतेह। बीते दिन तो सत्कार कमेटी दे कुछ लोग वीर साढ़े जिहड़े ने वो श्रोमणी गुरद्वारा प्रबंधक कमेटी के प्रवेश द्वार से जिहड़ा वो बैठे ने धरने ते, उन्हां दे नाल श्रोमणी गुरद्वारा प्रबंधक कमेटी के अहुदेदार साहबान श्रोमणी गुरद्वारा प्रबंधक कमेटी के जिहड़े साढ़े पंथक लीडर ने सत्कारयोग प्रधान साहब ते एग्जैक्टिव कमेटी दे मैंबर साहबान सीनियर मीत प्रधान साहब लगातार उन्हां दे नाल संपर्क विच ने और उन्हां दे नाल मीटिंगां करके मसला हल करन दी जिहड़ी आ वो कोशिश की जा रही है, क्योंकि कोई भी मसला जिहड़ा वो किसे तरह का भी होवे वो मिल बैठ के ही हल हुंदा और लगातार वो संपर्क विच है एक दूसरे दे ते कोशिश हो रही हैगी। जे सतगुरु सच्चे पातशाह धन गुरु रामदास जी कृपा करनगे तो जल्दी ही इहदा हल निकल आवेगा। जिथों तक कुछ लोग जिहड़े ने इस गल का फायदा उठा के सोशल नैटवर्क ते श्रोमणी गुरद्वारा प्रबंधक कमेटी के अहुदेदार साहबान पंथक शख्सीयतां के खिलाफ भद्दी शब्दावली की जिहड़ी आ वो वरतों कर रहे हैं, जिदी सख्त शब्दों में असी निंदा करते हैं। असी नहीं, मेरा ख्याल जिते भी कोई गुरु नानक नाम लेवा सिख बैठा जिहड़ा धन गुरु ग्रंथ साहिब सच्चे पातशाह जी के नतमस्तक होंदा शायद वह अजिही शब्दावली नूं मानता नहीं दिंदा। इतों तक कि कई लोग जिहड़े ने नारायण महंत की औलाद तक के जिहड़े ने शब्द वरतदे आ जिहड़े बिल्कुल भी जायज़ नहीं। अज सरां वाला गेट गुरु रामदास सरां दे बाहर जिहड़ा आ वो बिल्कुल सचखंड श्री हरिमंदर साहब के सामने सड़क के जिहड़ा वो चार तो पांच जिहड़े लोग आण के बैठे जिहड़े निहंग बाणे दे विच और उन्हां दे कोल हथियार भी सन, वख वख किस्म दे उन्हां चों पंजां बंदिआं कोल हथियार सन, पंज चार लोग ही उन्हां दे नाल दूजे सन वो आण के उत्थे वक्रे तौर पर जिहड़े आ उह बैठ गए। उस तो बाद उन्होंने बिल्कुल सचखंड श्री हरिमंदर साहब जिथों नज़र आता वो सामने अहुदेदारा के खिलाफ जिहड़ा हैगा वो भद्दी शब्दावली की वरतों वाला जिहड़ा वो बोर्ड बोर्ड लाने की उन्होंने जिहड़ी कोशिश की, जदों उन्होंने इस तरह करन तो रोकिया कि तुसीं बोर्ड वगैरह जिहड़ा वो हरिमंदर साहब के बिल्कुल सामने इस तरह ना लाओ जी, उहदे तों तैश विच आण के उन्होंने जिहड़ा सीगा वो अहुदेदारा नूं गालां कढ़ियां बुरा भला बोलिया। इस दौरान जिहड़ा हैगा वो साढ़े मुलाजमान ने जिहड़ा वो बोर्ड जिहड़ा सी उन्हें लाया उन्हूं ला दिता, जिस तों उधर उधरी आपसी कलैश भी होया और इस चीज़ का फायदा उठा के कुछ सोशल नैटवर्क के लोग जिहड़े ने छोटी गल नूं बहुत वड्डा बना के पेश कर रहे आ। बहुत हैरानीजनक गल आ कि जिहड़ी वरतों कदी आपां सिख सोच नहीं सकते उहदी वरतों की जा रही है, जिस दी जिन्नी भी निखेधी होवे वो थोड़ी आ और निखेधी करनी उहदी जरूरी आ। मैं एक बार फिर देश और विदेशों में वसदी समुची संगत नूं बेनती करनी चाहुंदा कि संगत जी श्रोमणी गुरद्वारा प्रबंधक कमेटी जिथों तक पावन सरूपां दी माया जिहड़ी हैगी वो खा जाण वाले लोग जिन्हां नूं दोषी पाया गया पड़ताल दे विच, क्योंकि श्री अकाल तख्त साहब सिख पंथ लई सब तों उपर है, अकाल तख्त साहब वल्लों दी जिहड़ी कराई गई पड़ताल दौरान जिहड़े दोषी लोग सामने आए उन्हां दे खिलाफ श्रोमणी गुरद्वारा प्रबंधक कमेटी ने पहलां ही बड़ी सख्त कार्रवाई की, उन्हां दीआं इत्थों तक कि उन्हां नूं नौकरी तों डिसमिस कर दिता गया और जिथों तक उन्हां दे मेरे ख्याल फंडां दा कुछ 25-35 लाख दे करीब उन्हां दा बणदा होगा वो भी उन्हां दा जिहड़ा जब्त होवेगा और अजे ये कार्रवाई जिहड़ी हैगी बंद नहीं हुई। लेकिन इस चीज़ नूं भुलेखा पाओ संगत दे विच जिहड़ा हैगा वो पा के दस्सिया जा रहा। मेरी बेनती आ संगत दे अगे कि वो विश्वास करन श्रोमणी गुरद्वारा प्रबंधक कमेटी पहला भी पूरी सुहिरदता नाल जिहड़ा वो कम इस मसले प्रति कर रही है ते अगों भी करदी रहेगी।
वाहेगुरु जी का खालसा, वाहेगुरु जी की फतेह।